ਜਦੋਂ ਚਾਨਣ ਅੱਖ ਪੱਟਣ ਤੋਂ ਪਹਿਲਾਂ ਪਹਿਲੀ ਅੰਗੜਾਈ ਲੈਂਦਾ ਹੈ ਸਾਡੇ ਕੰਨਾਂ ਦੇ ਵਿੱਚ ਗੁਰੂ ਘਰਾਂ 'ਚੋਂ ਆਉਂਦੀ ਬਾਣੀ ਰਸ ਘੋਲਦੀ ਹੈ ਚਾਟੀਆਂ 'ਚ ਮਦਾਣੀਆਂ ਕੰਮ ਕੰਮ ਕਰਨ ਲੱਗ ਪੈਂਦੀਆਂ ਨੇ ਹਾਲੀ ਅਤੇ ਪਾਲੀ ਮਿੱਟੀ ਦੇ ਵਿੱਚੋਂ ਸੋਨਾ ਪਾਲਣ ਦੇ ਲਈ ਨਿਕਲ ਤੁਰਦੇ ਨੇ ਅਤੇ ਜ਼ਿੰਦਗੀ ਦਾ ਰਾਗ ਛੇੜ ਲੈਂਦੀ ਹੈ ਇਹ ਚਾਨਣ ਭਰੀ ਸਵੇਰ ਕੁਝ ਇਸ ਤਰ੍ਹਾਂ ਹੀ ਹੁੰਦੀ ਹੈ ਸਾਡੇ ਪਿੰਡਾਂ ਦੀ ਸਵੇਰ ਦੁਆ ਸਲਾਮ ਅਤੇ ਬੰਦਗੀ ਹੱਥਾਂ ਦੀ ਦੋਸਤੋ ਆਜਾ ਮੇਰਾ ਪਿੰਡ ਵੇਖਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਚਰਨਜੀਤ ਜੋਗੀ ਮੈਂ ਪਿੰਡਾਂ ਦਾ ਜੰਮਿਆ ਜਾਇਆ ਪਿੰਡਾਂ ਦੀ ਗੱਲ ਕਰਦਾ ਅਤੇ ਮੈਨੂੰ ਪਤਾ ਕਿ ਤੁਹਾਡੇ ਦਿਲਾਂ ਦੇ ਵਿੱਚ ਵੀ ਪਿੰਡ ਵੱਸਦਾ ਔਰ ਉਸ ਪਿੰਡ ਨੂੰ ਤੁਸੀਂ ਅੰਤਾਂ ਦਾ ਪਿਆਰ ਕਰਦੇ ਹੋ ਮੁਹੱਬਤ ਕਰਦੇ ਹੋ ਚਾਹ ਹੁੰਦਾ ਤੁਹਾਡੇ ਦਿਲ ਅੰਦਰੇ ਪਿੰਡ ਵੇਖਣ ਦਾ ਅਤੇ ਆਜਾ ਮੇਰਾ ਪਿੰਡ ਵੇਖ ਲੈ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਵਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੁਆਬੇ ਦਾ ਮਸ਼ਹੂਰ ਅਤੇ ਮਾਣ ਮੱਤਾ ਪਿੰਡ ਜੰਡਿਆਲਾ ਮੰਝਕੀ ਆਓ ਮੇਰੇ ਨਾਲ ਤੁਸੀਂ ਵੀ ਦੇਖੋ ਆਜਾ ਮੇਰਾ ਪਿੰਡ ਵੇਖ ਲੈ तकरीबन 10,000 की आबादी वाला पिंड जंडियाला मंझकी जिला जलंधर दा वड्डे पिंडा विचों एक इतिहासिक पिंड है। 6 पत्तियां च वसदा है पिंड जंडियाला अपने आप च एक विलखण इतिहास समोई बैठा है। इना 6 पत्तियां दे नां ने गगड़ पत्ती बड़ी पत्ती सान की पत्ती मोहनपुरिया की पत्ती राम की पत्ती ते पत्ती तुन्नी के इस पिंड विच जौला तो इलावा मठारू सोहल सहोते संधु फलपोतिए तखर संगेड़े हेयर औलख ते चीमे भी वसते ने। पिंड कोई भी होवे किसे दा भी होवे ਉਹ ਅਸਲ ਵਿੱਚ ਤੁਹਾਡੀਆਂ ਜੜ੍ਹਾਂ ਹੁੰਦਾ ਜਿਹੜਾ ਮਨੁੱਖ ਨੂੰ ਮੂਲ ਉਹਦੀ ਜਿਹੜੀ ਐਨਰਜੀ ਆ ਜਿਹੜੀ ਉਹਦੀ ਤਾਕਤ ਹੈ ਉਹ ਪਿੰਡ ਤੋਂ ਮਿਲਦੀ ਆ ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਆਪਣੇ ਪਿੰਡ 'ਚ ਰਹੋ ਜਾਂ ਪਿੰਡ ਤੋਂ ਹਜ਼ਾਰਾਂ ਮੀਲ ਦੂਰ ਰਹੋ ਜਿਹੜੀ ਸ਼ਕਤੀ ਦਾ ਸੋਮਾ ਆ ਉਹ ਤੁਹਾਡਾ ਪਿੰਡ ਹੁੰਦਾ ਤੁਹਾਨੂੰ ਭਾਵੁਕਤਾ ਤੁਹਾਡੇ ਅੰਦਰ ਬਦੋ ਬਦੀ ਵੱਧ ਜਾਂਦੀ ਆ ਤੁਹਾਨੂੰ ਕੋਈ ਵੀ ਕੀਮਤ ਕਿਸੇ ਹੋਰ ਥਾਂ 'ਤੇ ਲਿਜਾਣ ਤੋਂ ਘੱਟ ਹੋ ਸਕਦੀ ਆ ਪਰ ਆਪਣੇ ਪਿੰਡ ਦੇ ਵਿੱਚ ਬੰਦਾ ਜਿਵੇਂ ਦਰਿਆ ਦਾ ਪਾਣੀ ਪਹਾੜਾਂ ਤੋਂ ਭੱਜਿਆ ਆਉਂਦਾ ਐਂ ਬੰਦਾ ਭੱਜਿਆ ਆਉਂਦਾ ਆਪਣੇ ਪਿੰਡ ਨਾਲ ਜੁੜੇ ਰਹਿਣਾ ਆਪਣੇ ਆਪ ਨਾਲ ਜੁੜੇ ਰਹਿਣ ਵਾਲੀ ਗੱਲ ਹੈ ਮੈਨੂੰ ਲੱਗਦਾ ਕਿ ਮੇਰਾ ਪਿੰਡ ਜੰਡਿਆਲਾ ਜਿਹੜਾ ਆ ਉਹ ਮੇਰਾ ਇੱਕ ਸਰੋਤ ਹੈ ਮੇਰੀ ਐਨਰਜੀ ਦਾ ਸਰੋਤ ਹੈ ਔਰ ਜਦੋਂ ਵੀ ਕਿਤੇ ਕੋਈ ਮੈਨੂੰ ਬੰਦਾ ਕਹਿੰਦਾ ਕਿ ਮੈਂ ਜੰਡਿਆਲੇ ਤੋਂ ਹਾਂ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦੀ ਇੰਡੀਕੇਸ਼ਨ ਮਿਲਦੀ ਆ ਤਾਂ ਮੈਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਹੁੰਦਾ ਕਿ ਇਹ ਬੰਦਾ ਮੇਰੇ ਅੰਦਰ ਇੱਕ ਖਾਸ ਕਿਸਮ ਦੀ ਸ਼ਕਤੀ ਜਿਹੜੀ ਆ ਉਹ ਭਰ ਗਿਆ ਅਤੇ ਮੈਂ ਉਸ ਸ਼ਕਤੀ ਦਾ ਹਮੇਸ਼ਾ ਹੀ ਕਾਇਲ ਰਹਿੰਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਮੇਰੇ ਪਿੰਡ ਬਾਰੇ ਗੱਲ ਹੋ ਰਹੀ ਹੈ ਔਰ ਸਾਰੇ ਸੰਸਾਰ ਨੂੰ ਪਤਾ ਲੱਗੇਗਾ ਕਿ ਮੇਰਾ ਪਿੰਡ ਕੀ ਹੈ ਕਿ ਪੁਰਾਣੇ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਲੱਦਾ ਨਾਮ ਦਾ ਜਹਲ ਵਿਅਕਤੀ ਇਸ ਪਿੰਡ ਦੇ ਵਿੱਚ ਉਸਨੇ ਕਿਹਾ ਜਾਂਦਾ ਹੈ ਕਿ 1426 ਦੇ ਵਿੱਚ ਪਿੰਡ ਦੇ ਵਿੱਚ ਜੰਡ ਦੀ ਮੋਹਲੀ ਉਸਨੇ ਗੱਡ ਕੀ ਜਿਸ ਤੋਂ ਉਹ ਮੋਹਲੀ ਹਰੀ ਹੋ ਕੇ ਜੰਡ ਦਾ ਦਰਖਤ ਬਣ ਗਿਆ ਉਹ ਜੰਡ ਦੇ ਦਰਖਤ ਤੋਂ ਇਹ ਪਿੰਡ ਜੰਡਿਆਲਾ ਦਾ ਨਾਂ ਪਿਆ ਅਤੇ ਉਦੋਂ ਤੋਂ ਇਹ ਪਿੰਡ ਜੰਡਿਆਲਾ ਦਾ ਮੁੱਢ ਵੱਜਾ ਲੱਦਾ ਜੌਲ ਉਸਦੀ ਜਿਹੜੀ ਔਲਾਦ ਸੀ ਜਿਸ ਤਰ੍ਹਾਂ ਉਸਦੇ ਭਤੀਜੇ ਦਾ ਨਾਂ ਪੱਤੀ ਧੁੰਨੀ ਕੀ ਜਿਸ ਤੋਂ ਪੱਤੀ ਧੁੰਨੀ ਕੀ ਪਿਆ ਅਤੇ ਉਸਦੇ ਹੋਰ ਜਿਹੜੇ ਔਲਾਦ ਦੇ ਜਿਹੜੇ ਵਿਅਕਤੀ ਸਨ ਉਹਨਾਂ ਤੋਂ ਬਾਕੀ ਪੱਤੀਆਂ ਜਿਵੇਂ ਪੱਤੀ ਗੱਗੜ ਪੱਤੀ ਰਾਮਕੀ ਪੱਤੀ ਸਾਨਕੀ ਪੱਤੀ ਮੋਹਨਪੁਰੀਆਂ ਅਤੇ ਪੱਤੀ ਬੜੀ ਇਹ ਹੋਂਦ ਵਿੱਚ ਆਈਆਂ ਪਿੰਡ ਜੰਡਿਆਲਾ ਦੀ ਧਰਤੀ ਬੜੀ ਭਾਗਾਂ ਵਾਲੀ ਹੈ ਇਸ ਧਰਤੀ ਦੇ ਨਸੀਬ ਹੋਏ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਕੱਦਸ ਚਰਨ
श्री गुरु अर्जन देव जी महाराज जदों माता गंगा जी नूं व्याहुण वास्ते मौ साहब जांदे ने तां पिंड शंकर तों हुंदे होए इत्थे आण के ठहरा उहनां दी बरादा हुंदा है और जदों इत्थे आण के ठहरदे ने इह जगह पिंड दे कोलों कोई 2 किलोमीटर दी दूरी ते पिंड पंगाला दे नज़दीक है और जदों इत्थे आउंदे ने तां पिंड वासी गुरु साहब दी श्रद्धा ते सत्कार दे नाल सेवा करदे ने और जदों सेवा करदे ने तां उस वेले गुरु साहब अनेकां वर दे के इस पिंड नूं निहाल करदे ने, संगतां नूं निहाल करदे ने। अज उसे थां ते आलीशान गुरद्वारा गुरद्वारा देरा साहब है। आओ आ जा मेरा पिंड वेखला दे विच दर्शन दीदार करदे आं गुरद्वारा देरा साहब। गुरपुरा मिलावै मेरा प्रीतम, हां वार वार अपने गुरु को जासा, गुरमुख हर रावे सुख सागर, गुरपुरा मिलावे मेरा प्रीतम, गुरपुरा मिलावे मेरा प्रीतम, हाँ वार वार अपने गुरु को जासा, पिंड जंडियाला शुरू तो ही गदरी बाबियां ते कामरेडां दा गढ़ रहा है। जिस जगह ते मैं खलोता है इस जगह ते अंग्रेज़ां दे समय तो ही दाती हथौड़े वाला लाल झंडा ते साडा कौमी तिरंगा झंडा झूलदे रहे ने और इत्थे इनकलाबी नारे गूंजदे रहे ने। इसे करके बड़ी पत्ती विच स्थित इस जगह नूं झंडियावाला चौंक कहा जाता है और इसे ही चौंक दे विच जंडियाला दे गदरी बाबियां दी याद सांभी बैठा है देश भगत यादगार हाल और इसे हाल दे विच ही नौजवान पीढ़ी नूं ज्ञान दा छट्टा दिंदी हुई एक लाइब्रेरी भी बनाई हुई है। इस लाइब्रेरी नूं भी असी आजा मेरा पिंड वेखला दे विच तुहाडे लई दिखा रहे हां। Thank you.
शहर नू ना शहर नू ना जाई गोरी है पैरी पा के स्लीपर काले तोर तेरी वेख के नहीं पट्टे जाणगे शहर दे लाले। वैसे तो जंडियाला मंचकी दे लोकां नू छेती किते शहर जाण दी जरूरत नहीं पैंदी क्योंकि इत्थे उन्हां दा अपना बहुत वड्डा एक बाज़ार है। मेन रोड दे उपर एक बहुत वड्डा बाज़ार है पर जिथे मैं खड़ा ए ओ बाज़ार है कि जिहड़ा दिल वांगना जंडियाले दे अंदर वसदा है। और इस बाज़ार दे विच जिथे छटरां दी थां ते लगे हुए लक्कड़ दे दरवाजे इस बाज़ार दे पेंडू बाज़ार होने की गवाही भरते हैं, उत्थे ही इस बाज़ार दे विच जरूरत का हर एक समान मिल जाता है। आओ आप भी एक गेड़ा इस बाज़ार का लाने। ਜੰਡਿਆਲਾ ਮੰਚਕੀ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਵਸਦੇ ਨੇ। ਹਰ ਧਰਮ ਦੇ ਲੋਕਾਂ ਲਈ ਆਪੋ ਆਪਣਾ ਧਰਮ ਸਥਾਨ ਹੈ। हुण असीं पहुँच चुके हैं जी साईं कुतुब शाह दुल्लो दी मुकद्दस खानगाह दे उपर। पिंड जंडियाला मंचकी दे विच ये दरगाह 350 साल पुरानी है। तकरीबन 5 एकड़ ते 6 कनाल दे विच वसी हुई ये खानगाह। दसते हैं कि साईं कुतुब शाह दुल्लो नाँ दे एक बाल फकीर ने आण के इत्थे तप कीता है। दसा जांदा कि अपने वड्डे वडेरियां दी सेवा दे खातर अपनी झोली दे विच अग पा के वरतौण वाले साईं कुतुब शाह दुल्लो जिथे अपने वड्डे वडेरियां की सेवा करके पुन खटते हैं, उत्थे ही पिंड जंडियाला मंझकी के लोगों के तन मन ठारन के वर भी देंदे ने। सब तो वड्डी गल भाईचारक सांझ दी इत्थे ये देखण नूं मिलदी है कि इस खानगाह के उपर हिंदू परिवार के लोग मुस्लिम रौह रीतां दे नाल सेवा करते हैं और हर साल सालाना उर्स बड़ी श्रद्धा ते सत्कार दे नाल मनाउंदे ने। इत्थे मजलसां लगदियां ने, रौनकां जुड़दियां ने, मेले लगते हैं और संगतां देशों विदेशों दे विचों आण के इस दरगाह के उपर नतमस्तक हुंदियां ने, अपनी श्रद्धा ते अकीदत दे फुल भेंट करदियां ने। कहिंदे ने कि इबादत कर इबादत दे नाल गल बणदी है, किसे दी अज बणदी है, किसे दी कल बणदी है। आओ आपां भी श्रद्धा ते सत्कार दे नाल अपना सजदा करदे हां साईं कुतुब शाह दुल्लो दी इस पवित्र खानगाह दे उपर। मैं गुरचेतन सिंह साबका सरपंच जंडियाला और मेरे नाल मेरी पत्नी बीबी गुरबख्श कौर सरपंच मौजूदा सरपंच जंडियाला हन, जिन्हां दे रहण वाले हेठ नगर पंचायत बड़े अपने सुचजे ढंग दे नाल अपनी पंचायत नूं चला रही है और नगर वासियां दे सहयोग दे नाल बड़े
उत्साह के नाल लोगों की सेवा कर रहे हैं। जिन्हां विच पहले पहल असीं पिंड जंडियाला विच सारे नगर विच लाइटां लवा के लोगों को सहूलत पैदा करके दिती और गलियां नालियां का भी उचेचे तौर पर ख्याल रख के बनाया जाता है कि असीं नगर नूं सुचजे ढंग दे नाल सजाउण विच वी अपनी पूरी वाह ला रहे हैं। अज मैनूं माण आ मेरा पिंड जंडियाला गदरी बाबिआं सूरबीरां दा पिंड जिहड़ा दुआबे दा इक इतिहासक पिंड आ जिस तों मैं ही नहीं इलाके दे लोकां ने राजनीति तो बहुत कुछ सिखिया आ। अज इस पिंड दे विच जिथे जंडियाला कॉलेज जिथे प्रिंसीपल संत सिंह सिखों वर्गे जां होर बहुत ही इतिहासकार जिहड़े आ इत्थे प्रिंसीपल रहे आ और इस कॉलेज दे विचों भी बहुत ज़्यादा लोग पढ़ के और चंगे वधिया अहुदिआं दे उत्ते बिराजमान आ। अज मैनूं इस गल दी खुशी आ कि जिथे मेरा नगर बाबा लाल सिंह गदरी बाबिआं सूरबीरां दे नां नाल मशहूर सी अज ये नगर NRI वीरां दे सहयोग दे नाल एक वधिया जिहड़ी शहर की दिख प्राप्त कर रहा आ। अज इस नगर अंदर इहो जिहियां सहूलतां हन जिहड़ियां पूरे शहरां दे अंदर भी वह सहूलतां नहीं मिलदियां जिथे चाहे बैंकिंग होवे बस अड्डे की होवे एजुकेशन की गल कर लीए और इत्थे ही मेरे पिंड दे विच जिहड़े NGOs आ इहो जिहियां संस्थावां कर रही जंडियाला लोक भलाई मंच जिहड़ा एजुकेशन लई हैल्थ लई एनवायरमेंट लई काम कर रहा आ ये संस्था भी जिहड़ी आ NRI दे सहयोग दे नाल चला रही आ। सानू इस नगर दे उत्ते माण आ कि जिहड़ा पिंड आ सभ्याचार दे नाल नाल राजनीति दे नाल और देश भगतां दे सूरबीरां दा पिंड आ ते मैनूं माण आ कि मैं इस पिंड दे विच जन्मिया आ और इस पिंड विच रहिंदिआं होइआं ही मेरा नाम इस करके आ कि मेरा पिंड जंडियाला आ। इस पिंड विच सारीआं सुख सुविधावां मौजूद हन जिवें कि बैंक डाकघर हस्पताल मृतक दे संभाल घर बाबा भूमिया पार्क बस स्टैंड ਅਤੇ ਖੇਡਾਂ ਦਾ ਸਟੇਡੀਅਮ। ਜੇਕਰ ਜੰਡਿਆਲਾ ਦੇ ਬੌਧਿਕ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਸਰਦਾਰਾ ਸਿੰਘ ਜੌਲ ਵਰਗੇ ਬੁੱਧੀਜੀਵੀ ਵੀ ਇਸੇ ਪਿੰਡ ਦੀ ਦੇਣ ਨੇ ਔਰ ਇਸੇ ਤਰ੍ਹਾਂ ਹੀ ਇਸ ਪਿੰਡ ਦੇ ਵਿੱਚੋਂ ਹੋਰ ਵੀ ਬਹੁਤ ਸਾਰੇ ਬੁੱਧੀਜੀਵੀ ਨਿਕਲੇ ਨੇ। ਇਸੇ ਕਰਕੇ ਹੀ ਜੰਡਿਆਲਾ ਸਿੱਖਿਆ ਦੇ ਪ੍ਰਤੀ ਕਦੇ ਵੀ ਅਵੇਸਲਾ ਨਹੀਂ ਹੋਇਆ। ਇਸੇ ਕਰਕੇ ਪਿੰਡ ਦੇ ਵਿੱਚ 2 ਪ੍ਰਾਇਮਰੀ ਸਕੂਲ ਨੇ, 1 ਹਾਈ ਸਕੂਲ ਹੈ ਅਤੇ 2 ਸੀਨੀਅਰ ਸੈਕੰਡਰੀ ਸਕੂਲ ਵੀ ਨੇ ਔਰ ਇਹਨਾਂ ਦੇ ਨਾਲ ਨਾਲ ਪਿੰਡ ਹੀ ਨੇ ਪੂਰੇ ਇਲਾਕੇ ਦੇ ਲਈ ਸਿੱਖਿਆ ਸਹੂਲਤਾਂ ਵਾਸਤੇ ਇੱਕ ਚਾਨਣ ਮੁਨਾਰਾ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਵੀ ਹੈ ਜਿੱਥੋਂ ਆਲੇ ਦੁਆਲੇ ਤੋਂ ਬਹੁਤ ਸਾਰੇ ਵਿਦਿਆਰਥੀ ਸਿੱਖਿਆ ਲੈਣ ਆਉਂਦੇ ਨੇ। ਸਭ ਤੋਂ ਵੱਡੀ ਗੱਲ ਕਿ ਇਸ ਕਾਲਜ ਦੇ ਵਿੱਚੋਂ ਬਹੁਤ ਸਾਰੇ ਵੱਡੇ ਵੱਡੇ ਅਧਿਕਾਰੀ ਪੈਦਾ ਹੋਏ ਨੇ ਔਰ ਗੱਲ ਕੀਤੀ ਜਾਵੇ ਤਾਂ ਇਸ ਕਾਲਜ ਦੇ ਵਿੱਚ ਉੱਘੇ ਵਿਦਵਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਵੀ ਆਪਣੀ ਸਿੱਖਿਆ ਦੇ ਚੁੱਕੇ ਨੇ। ਜੰਡਿਆਲਾ ਵਿੱਚ ਮੁੰਡਿਆਂ ਅਤੇ ਕੁੜੀਆਂ ਵਾਸਤੇ 2 ਪ੍ਰਾਇਮਰੀ 2 ਹਾਇਰ ਸੈਕੰਡਰੀ ਸਕੂਲ ਅਤੇ 1 ਹਾਈ ਸਕੂਲ ਵੀ ਹੈ। ਘਰ ਦੇ ਵਿੱਚ ਸਿਆਸਤ, ਘਰ ਦੇ ਬਾਹਰ ਸਿਆਸਤ ਲੱਗਦੀ ਹੈ। ਪਿੰਡ, ਮੁਹੱਲਾ, ਹੱਟੀਆਂ, ਭੱਠੀਆਂ, ਸ਼ਹਿਰਾਂ ਦੇ ਵਿਚਕਾਰ ਸਿਆਸਤ ਲੱਗਦੀ ਹੈ। ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਜੰਡਿਆਲਾ ਸ਼ੁਰੂ ਤੋਂ ਹੀ ਸਿਆਸਤ ਦਾ ਧੁਰਾ ਰਿਹਾ ਹੈ। ਇਸੇ ਕਰਕੇ ਹੀ ਸਿਆਸਤ ਦੀ TC ਵਾਲਾ ਬੇਰ ਵੀ ਜ਼ਿਲ੍ਹਾ ਜਲੰਧਰ ਦੇ ਮਸ਼ਹੂਰ ਪਿੰਡ ਜੰਡਿਆਲਾ ਦੀ ਝੋਲੀ ਦੇ ਵਿੱਚ ਡਿੱਗਾ। ਸਰਦਾਰ ਦਲੀਪ ਸਿੰਘ ਜੌਲ ਦੇ ਘਰ ਜਨਮੇ ਸਰਦਾਰ ਦਰਬਾਰਾ ਸਿੰਘ 1980 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਜੰਡਿਆਲੇ ਦਾ ਨਾਂ ਕੋਨੇ ਕੋਨੇ ਦੇ ਵਿੱਚ ਚਮਕਾ ਦਿੰਦੇ ਨੇ। ਸਰਦਾਰ ਦਰਬਾਰਾ ਸਿੰਘ ਪਹਿਲਾਂ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵੀ ਚੁਣੇ ਜਾਂਦੇ ਨੇ ਅਤੇ ਬਾਅਦ ਵਿੱਚ ਉਹ ਰਾਜ ਸਭਾ ਦਾ ਮੈਂਬਰ ਵੀ ਬਣਦੇ ਨੇ। ਇਹ ਜਿਹੜਾ ਆਪਾਂ ਘਰ ਵੇਖ ਰਹੇ ਹਾਂ, ਜਿਸ ਘਰ ਦੇ ਸਾਹਮਣੇ ਮੈਂ ਖਲੋਤਾ ਹਾਂ, ਇਹ ਘਰ ਸਰਦਾਰ ਦਰਬਾਰਾ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਜੱਦੀ ਘਰ ਹੈ ਜਿੱਥੇ ਉਹ ਜੰਮੇ, ਪਲੇ, ਖੇਡੇ ਅਤੇ ਉਹਨਾਂ ਨੇ ਸਿਆਸਤ ਦੀਆਂ ਬੁਲੰਦੀਆਂ ਨੂੰ ਛੂਹਿਆ। ਮਸ਼ਹੂਰ ਚਿੱਤਰਕਾਰ ਨਿਰਮਲ ਸਿੰਘ ਤੂਸੀ ਵੀ ਪਿੰਡ ਜੰਡਿਆਲਾ ਮੰਜਕੀ ਦੇ ਚੰਪਲ ਹਨ। ਇਹਨਾਂ ਦੀ ਕਲਾ ਦੇ ਕਦਰਦਾਨ ਦੇਸ਼ ਵਿਦੇਸ਼ ਚ ਹਨ।
मेरा पिंड जंडियाला मेरे बचपन की पाठशाला जिस दिया गलिया च घूम फिर के जिस दे खेतां च नच के जिस दी आबो हवा विच नच दड़क के मैं अपनी जिंदगी दी मुढ़ली पढ़ाई पढ़ी उस दी जूह विच खड़ के अज चंगा चंगा महसूस हो रहा। इसे पिंड च पैदा हुए गदरी बाबे बाबा लाल सिंह बरियाम सिंह ते इसे पिंड विच वो लोग पैदा हुए जिन्होंने इस देश नू समाज नू चंगी सेहत दे विच लिजाण दी कोशिश की और अपनी बहुत सारिया कालनावां कालियां उस पिंड दी मिट्टी विचों उस पिंड दी आबो हवा विचों अपने आप नू कुरेद के अपने आप नू जिहड़ा वो वध तो वध जिहड़ा वह लैस करके उन्हां विचारां नाल तां कि अगे समाज की बेहतरी लई कुछ कर सकीए असी जवान होए तो हमेशा अज तक जदों इस उम्र दे जिहड़ा वो शिखर ते आखरी पड़ा ते पहुँचे हैं तो हमेशा ही यह लगता है कि इस पिंड विचों जो सिख्या वो समाज के लेखे लाइए समाज के अच्छी जड़ी है वो समाजी जिंदगी जड़ी है होर लोगों नू भी अच्छी मिले तो साड़ी जिंदगी भी जड़ी है वो होर बेहतर बने तो आने वाला समा जड़ा वो नवी पीढ़ी लई हमेशा जड़ा वो खुशगवार होवे हमेशा ये पिंड मेरे जज्बियां नाल मेरी रूह नाल ते मेरे नाल नाल चलता रहिंदा ते मैं इस मिट्टी तो इस पिंड तो अगवाई लैके अपने आप नू अगे वधाउण दी कोशिश करता रहिंदा। मैं परमिंदर मणकी पिंड जंडियाला दा वसनीक हाँ मैनू माण आ कि मेरा इस जन्म इस पिंड विच होया ते गीत गाउण लग्या जो आपां पंजाब नू रंगला पंजाब कहिंदे आ वो रंगला पंजाब नहीं होके कुछ गीत विच कुछ गल्लां आउणगीआं जो मैं तुहाडे सामने पेश कर रहा। तिया ते तिरंजणा दे गीत मुक गए हायो गीत मुक गए चलदियां खूहां विचों पानी सुक गए हायो पानी सुक गए तिया ते तिरंजणा दे गीत मुक गए हायो गीत मुक गए चलदियां खूहां विचों पानी सुक गए हायो पानी सुक गए सुनी दिना हुण किते तुंबी वजदी ओ मेरे रंगले पंजाब नू रंगले पंजाब नू नज़र लग गई मेरे रंगले पंजाब नू बलदां दे गल च न रहियां टलियां हायो रहियां टलियां बच्चियां जो रौनकां भी उड़ चलियां हायो उड़ चलियां बच्चियां जो रौनकां भी उड़ चलियां हायो उड़ चलियां बोरा थले ठड न सरंगी वजदी ओ मेरे रंगले पंजाब नू नज़र लग गई मेरे रंगले पंजाब नू गभरू शकील नशियां च पै गए नशियां च पै गए कुड़ियां दे सिरां तों दुपट्टे लै गए बई दुपट्टे लै गए कुड़ियां दे सिरां तों दुपट्टे लै गए बई दुपट्टे लै गए सुनी दिना हुण किते गल चजदी ओ मेरे रंगले पंजाब नू नज़र लग गई मेरे रंगले पंजाब नू। कुछ यार प्यारे नहीं भुलदे तेरी अख दे इशारे नहीं भुलदे तैनू भुल तां जांदे वे सजणा तेरे मिठे लारे नहीं भुलदे। मैंने लगता कि अज का दिन जिहड़ा आपां पिंड जंडियाले दे विच बताया शायद कदे नहीं भुलांगे क्योंकि पिंड जंडियाले दीआं गलियां ने पिंड जंडियाले दे लोकां ने इन्ना प्यार दिता इन्नी मुहब्बत दिती तां उम्र इह साडे दिल दे विच वसी रहेगी। इस तरह ही नवीं मुहब्बत मानण दे लई किसी नवें पिंड दे विच अगली बार चलांगे आजा मेरा पिंड वेख लैदा अगला सफर होएगा किसी होर पिंड दे विच तद तक तुसी इंतजार करो ते मैनू दिओ इजाजत जिउंदे रहो वसदे रहो। पछाण जी दे नाल